ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਅਸਲਾਮ ਅਲੈਕੁਮ ਕੈਸੀ ਮੇਰੀ YouTube ਫੈਮਿਲੀ ਚਲੋ ਜੀ ਅੱਜ ਅਸੀਂ ਚੱਲਨੇ ਆ ਜਿਹੜਾ ਜਿੰਨਾ ਆਇਆ ਤੁਰਕੀ ਦੀ ਦੁਕਾਨ ਮੈਂ ਤੇ ਅਰਬੀ ਕਰਨੀ ਆ ਤੇ ਇਹ ਵੇਖੋ ਜੰਜ ਸਾਡੇ ਇਤਨੇ ਮੁਲਕਾਂ ਵਿੱਚ ਲੱਗੇ ਹੁੰਦੇ ਨੇ ਨਾ ਸਟਾਲ ਉਹਨਾਂ ਨੇ ਸਜਾਇਆ ਹੁੰਦਾ ਪਤਾ ਚੱਲਦਾ ਹੈ ਰਮਜ਼ਾਨ ਹੈ ਸ਼ਬਰਾਤ ਹੈ ਇਹ ਵੇਖੋ ਉਹਨਾਂ ਨੇ ਸਾਰੀ ਕਿਸਮ ਦੇ ਬਿਸਕਿਟ ਤੇ ਜਲੇਬੀਆਂ ਤੇ ਕੀ ਕੀ ਕੁਝ ਬਣਾਇਆ ਆਪਣੀਆਂ ਡਿਸ਼ਾਂ ਇੰਨਾ ਅੱਛਾ ਪਿਆ ਮੈਨੂੰ ਲੱਗਦਾ ਸੀ ਉਹਨਾਂ ਅੰਜੇ ਲੱਗਦਾ ਸੀ ਜਿਵੇਂ ਸਾਡਾ ਪਨਾਏ ਨਾ ਆਪਣੇ ਪਾਕਿਸਤਾਨੀ ਚਾਸੀ ਨਾ ਤਾਂ ਇਹ ਵੇਖੋ ਇਹਨਾਂ ਦੀ ਦੁਕਾਨ ਤੇ ਆ ਕੇ ਮੈਨੂੰ ਅੰਜੀ ਬੜਾ ਮਜ਼ਾ ਆਉਂਦਾ ਹਰ ਚੀਜ਼ ਇੱਕ ਮਿਲ ਜਾਂਦੀ ਏ ਤੁਹਾਨੂੰ ਇੱਕ ਹੀ ਛੱਤ ਥਲੀ ਹੂ ਜੋ ਵੀ ਤੁਸੀਂ ਲੈਣੀ ਹੈ ਗ੍ਰੋਸਰੀ ਦੇ ਮੁਤਲਕ ਚੀਜ਼ਾਂ ਘਰ ਦੇ ਕਿਚਨ ਦੇ ਹਿਸਾਬ ਨਾਲ ਤੁਹਾਨੂੰ ਹਰ ਚੀਜ਼ ਇੱਥੋਂ ਮਿਲ ਜਾਏਗੀ ਇਹਨਾਂ ਨੇ ਸੂਪ ਵੀ ਲਾਇਆ ਜਿਵੇਂ ਵੇਖੋ ਮੈਂ ਕਿਹਾ ਸੂਪ ਵਿਵਹਾਨਾ ਤੇ ਉਹਨੂੰ ਪਤਾ ਹੈ ਸਾਡਾ ਚੈਨਲ ਤੇ ਬੜਾ ਹੁਸ਼ੋਕੇ ਪਿਆ ਵਹਾਂਦਾ ਸੀ ਕਹਿੰਦਾ ਮਰੋਕ ਦੇਣਾ ਸੂਪ ਮੈਂ ਕਿਹਾ ਹੋ ਅਸੀਂ ਵਈ ਚਖੇ ਆਂਦਾ ਮਨ ਨੂੰ ਹੀ ਨਾ ਤੇ ਆ ਬਿਸਕਟ ਲਈ ਸਜੇ ਸੂਜੀ ਦੇਰੇ ਕੋਲੋਂ ਆ ਬਸ ਮੈਂ ਤੇ ਨਹੀਂ ਖਾਂਦੀਆਂ ਜਿਹਦੀਆਂ ਚੀਜ਼ਾਂ ਮੇਰੇ ਬੱਚਿਆਂ ਨੂੰ ਪਸੰਦ ਨੇ ਇੱਕ ਹੀ ਕਿਸਮ ਦੇ ਨਾਲ ਦੇ ਬਿਸਕਟ ਅੱਛੇ ਲੱਗਦੇ ਨੇ ਅਵੇ ਕੋ ਹਰ ਚੀਜ਼ ਹੀ ਲੋਕੀ ਕਹਿੰਦੇ ਨੇ ਮਹਿੰਗਾਈ ਤੇ ਮੈਂ ਪੀ ਜਦੋਂ ਨਿਕਲਦੀਆਂ ਮਨੋਂ ਉਹ ਤੋਂ ਪਤਾ ਚੱਲਦਾ ਐ ਨਾ ਨਹੀਂ ਰੱਖੀ ਸਜੇ ਚਿਕਨ ਦਾ ਵੀ ਸਾਰਾ ਸਾਫ ਕਿਤਾਬ ਚਾਵਲ ਵੀ ਉਹ ਦੁਬਲੇ ਜਿਹੜਾ ਦਲੀਆ ਹੁੰਦਾ ਉਹ ਵੀ ਸਾਰਾ ਕੁਝ ਇਹਨਾਂ ਨੇ ਰੱਖਿਆ ਅਸੀਂ ਤੇ ਬੜਾ ਕੁਝ ਮਾਨੂੰ ਜ਼ਰੂਰਤ ਦੀਆਂ ਚੀਜ਼ਾਂ ਚਾਹੀਦੀਆਂ ਸੰਕਾਰ ਦੀਆਂ ਉਹ ਲਈਆਂ ਫਿਰ ਮੇਰੇ ਬੱਚਿਆਂ ਨੇ ਬਣਾਇਆ ਸਾ ਜੀਗੀਗਾ ਮਿਸੂ ਐ ਕਹਿੰਦੇ ਨੇ ਓਰੇ ਓਰੇ ਕੀ ਕਹਿੰਦੇ ਨੇ ਮਨ ਨੂੰ ਤੇ ਓਰੇ ਆਈ ਲੱਗਦਾ ਜੀਗਾ ਮਿਸੂ ਬਣਾਇਆ ਸਾ ਜੇ ਤੇ ਉਹ ਪੂਰੀ ਰੈਸিপি ਨਹੀਂ ਮੈਂ ਦਿੱਤੀ ਕਿਉਂਕਿ ਟਾਈਮ ਬੜਾ ਸ਼ਾਰਟ ਸੀ ਮੈਂ ਬਾਹਰ ਹੀ ਸੀ ਤੇ ਮੇਰੇ ਆਨ ਤੱਕ ਮੇਰੀ ਬੇਟੀ ਨੇ ਬਣਾ ਲੇ ਅਸੀਂ ਤੇ ਮੈਂ ਕਿਹਾ ਚਲੋ ਬਣਾ ਲਿਆ ਫਿਰ ਇਨਸ਼ਾਅੱਲਾ ਦਵਾੰਗੇ ਬੜਾ ਮਜ਼ੇਦਾ ਬਣਿਆ ਸਜੇ ਹਾਲਾ ਕਿ ਮੈਂ ਮਿੱਠਾ ਕਾ ਟਿੱਖਾਨੀਆਂ ਉਹ ਤੋਂ ਫਿਰ ਠੰਡੀ ਚੀਜ਼ ਹੋਏ ਤੇ ਮਿੱਠੀ ਹੋਏ ਉਹ ਮੈਂ ਬੰਦ ਬਰਦਾਸ਼ ਹੀ ਨਹੀਂ ਹੁੰਦੀ ਫਿਰ ਨਾਲ ਮੈਂ ਬਣਾਉਣ ਲੱਗੀ ਸਜੇ ਗਜਰੇਲਾ ਤੜੇ ਭਾਏ ਜਨ ਪਤਾ ਖਾਂਦੇ ਨੇ ਗਜਰੇਲਾ ਸਬਰੋਜ਼ਾ ਰੱਖਦੇ ਨੇ ਗਜਰੇਲੇ ਨਾਲ ਤੇ ਆਹ ਵੇਖੋ ਮੈਂ ਗੋਲ ਗੱਪੇ ਬਣਾਉਣੇ ਸਨ ਅੱਜ ਉਹ ਜਿਸਾ ਕਟੋਰੀ ਵਾਲੀ ਚਾਟ ਬੰਦੀ ਹੈ ਇਹ ਉਹ ਮੈਂ ਗੋਲ ਗੱਪੇ ਕਰਨੀ ਆ ਸਾਦਾ ਬੰਦਾ ਮੈਂ ਸਿੱਧਾ ਗੋਲ ਗੱਪੇ ਆ ਵੇਖੋ ਇੰਜ ਫਲਾਵਰ ਆਰ ਬਣ ਜਾਂਦੇ ਜੀ ਤੇ ਇਹ ਮਨੂਜ਼ਾ ਸੂਈਜ਼ੀ ਲੱਗਦੇ ਜੇ ਨਾਲੇ ਖਾਦੇ ਵੀ ਸਹੀ ਜਾਂਦੇ ਨੇ ਤੇ ਇਹ ਗੋਲ ਗੱਪੇ ਮੈਂ ਬਣਾਈ ਸਾਂ ਜੀ ਇੰਜ ਕਾਟ ਕੇ ਨਾ ਦੋ ਦੋ ਪੱਟੀਆਂ ਇੱਕ ਇੱਕ ਪੱਟੀ ਤੇ ਦੋ ਦੋ ਬੰਦੇ ਨੇ ਨਾ ਸਮੋਸੇ ਵਾਲੀ ਜਿਹੜੀ ਵੱਡੀ ਰੋਲ ਵਾਲੀ ਪੱਟੀ ਨਹੀਂ ਹੁੰਦੀ ਔਰ ਇੱਕ ਦੇ ਦੋ ਦੋ ਬੰਦੇ ਨੇ ਗਜਰੇਲਾ ਵੀ ਤਿਆਰ ਹੋ ਗਿਆ ਇਹ ਗੋਲ ਗੱਪੇ ਵੀ ਬੰਨਣੇ ਸ਼ੁਰੂਆ ਵੇਖੋ ਜੀ ਠੂਠੀਆਂ ਇੱਥੇ ਵੇਖੋ ਮੈਂ ਪਾ ਦਿੱਤੀ ਜੇ ਖੀਰ ਇਹ ਜਿਹੜੀਆਂ ਪੀਲੀਆਂ ਦੋ ਪਲੇਟਾਂ ਨੇ ਮੈਂ ਆਪਣੀ ਭੇਜੀ ਨੇ ਅਜੇ ہمسਾਈਆਂ ਨੂੰ ਅਬਾਕੀ ਅਸੀਂ ਆ ਪੀ ਖਾਨੀਆਂ ਜੇ ਐ ਵੇਖੋ ਕਾਲੇ ਤੇ ਸਫੇਦ ਚਨੇ ਸਾ ਜੇ ਇਹ ਨਾ ਸਮਝਿਆ ਜਲੋਬੀਆ ਲੋਬੀਆ ਕੋਈ ਨਹੀਂ ਸੀ ਆ ਉਬਲੇ ਆ ਕਾਲੇ ਤੇ ਸਫੇਦ ਚਨੇ ਪਾ ਕੇ ਮੈਂ ਜੀਰਾ ਤੇ ਸੁੱਕਾ ਦਨੀਆ ਤੇ ਚਾਟ ਮਸਾਲਾ ਤੇ ਮਿਰਚਾ ਮੁਰਝਾ ਪਾ ਕੇ ਜੋ ਕੁਛ ਵੀ ਆਇਆ ਹੈ ਜੋ ਕੁਛ ਲੱਭਦਾ ਗਿਆ ਮੈਂ ਜਿਹੜਾ ਨਾ ਵਿੱਚ ਸੱਟੀ ਗਈਆਂ ਸੱਟੀ ਗਈਆਂ ਆ ਬਣਾ ਬਨੂ ਕੇ ਮੈਂ ਰਾਹ ਦਿੱਤਾ ਵਿੱਚ ਪਾਇਆ ਥੋੜਾ ਸਰਾ ਹੀ ਬਲੀ ਦਾ ਪਾਣੀ ਵੀ ਮੈਂ ਕਿ ਅਲੱਦਾ ਰੱਖਿਆ ਨਾ ਤੇ ਸਾਰੇ ਬੱਚਿਆਂ ਨੇ ਕਹਿਣਾ ਮੈਂ ਵੀ ਲੈਣਾ ਮੈਂ ਵੀ ਜ਼ਿਆਦਾ ਉਫ ਇਹ ਜ਼ਿਆਦਾ ਉਹ ਬਣਾ ਚਾਹੀਦਾ ਐ ਆਲੂ ਕੋ ਨਹੀਂ ਸਨ ਪਹਿਲੇ ਵਾਲੇ ਚਨੇ ਆਇ ਚ ਪਾਣਾਸਤੇ ਆਲੂ ਵੀ ਉਬਾਲੇ ਨੇ ਤੇ ਤਿੰਨ ਚਾਰ ਬੂਟੀਆਂ ਉਬਾਲੀਆਂ ਨੇ ਬੱਚੇ ਜਿਹੜੇ ਛੋਟੇ ਨੇ ਉਹ ਤੰਗ ਕਰਦੇ ਪਿਸਨ ਆਜ ਦੇਖੋ ਤੁਹਾਡੀ ਬਾਜੀ ਭਾਂਡੇ ਵੀ ਨਾਲੋਂ ਨਾਲ ਲੈਣਾ ਧੋਈ ਜਾਂਦੀ ਪਈ ਨਗਰਸਵੀ ਰਕੜ ਕੇ ਰੱਖੇ ਜੇ ਛੋਟੇ ਬੱਚਿਆਂ ਨੇ ਬੜਾ ਨਾ ਤੰਗੀਤਾ ਸੀ ਹਮਨੇ ਪੀਜ਼ਾ ਖਾਣਾ ਹਮਨੇ ਛੋਟੇ ਵਾਲਾ ਪੀਜ਼ਾ ਐ ਵੇਖੋ ਇਹਨਾਂ ਨੂੰ ਮੈਂ ਸਾਨ ਤਰੀਕਾ ਲੱਭਿਆ ਮੈਂ ਕਹਿੰਦਾ ਨਾ ਮੈਂ ਚਲਾਨੀ ਐ ਇੰਨਾ ਤੰਦੂਰ ਤੇ ਨਾ ਇੰਨਾ ਉਹਨਾਂ ਮੈਨੂੰ ਤਵੇ ਤੇ ਛੋਟੀਆਂ-ਛੋਟੀਆਂ ਗੁੱਲੀਆਂ ਪਾ ਕੇ ਨਾ ਗੁੱਲੀਆਂ ਹੀ ਨੇ ਨਾ ਹੋਰ ਕਿਨਾਂ ਨਿਕੀਆਂ ਨਿਕੀਆਂ ਵੇਖੋ ਪੇੜੀਆਂ ਬਣਾ ਕੇ ਗੁੱਲੀਆਂ ਬਣਾ ਕੇ ਮੈਂ ਬਣਾ ਦਿੱਤਾ ਸੀ ਉਹ ਜਿਹੜਾ-ਜਿਹੜਾ ਸਾਈਜ਼ ਦੇ ਬੰਦੇ ਨੇ ਨਾ ਓਡੇ-ਓਡੇ ਪੀਜ਼ਾ ਜੇ ਤੁਹਾਨੂੰ ਨਜ਼ਰ ਆਏਗਾ ਸਾਰੇ ਸਾਰੇ ਸਾਈਜ਼ ਨਜ਼ਰ ਆਣਗੇ ਕੋਈ ਇੱਕ ਜਿਹੜਾ ਪੀਜ਼ਾ ਨਹੀਂ ਜੀ ਇਹ ਵੇਖੋ ਅੰਜ ਮੈਂ ਸੇਕ ਲਿਆ ਸੀ ਹਲਕੀ ਅੱਗ ਤੇ ਇਹਨਾਂ ਨੂੰ ਸੇਕਿਆ ਸੀ ਜੇ ਤੇ ਸਾਸ ਥੋੜਾ-ਸਾਰਾ ਬਣਾ ਬਨੂ ਕੇ ਜੋ ਪੀਜ਼ਾ ਦਾ ਤਰੀਕਾ ਹੁੰਦਾ ਤੇ ਜਿਹੜਾ ਚਿਕਨ ਉਬਾਲਿਆ ਸੀ ਬੋਨਲੈਸ ਕੋਨੀ ਸੀ ਇਹ ਮੇਰੇ ਕੋਲ ਬੋਲਣਾ ਸਤਮ ਹੋ ਗਿਆ ਸੀ ਮੈਂ ਹੱਡੀ ਵਾਲੇ ਨੂੰ ਕੱਢ ਕੇ ਬਾਹਰ ਲਿਆ ਤੇ ਸਿਰਫ ਉਹਦੇ ਤੇ ਕਾਲੀਆਂ ਮਿਰਚਾਂ ਤੇ ਨਮਕ ਮੈਂ ਪਾ ਕੇ ਤੇ ਮੈਂ ਬਣਾ ਲਈ ਸاجة ਪੀਜ਼ੇ ਐਨੇ ਕੋ ਪੀਜ਼ੇ ਬਣਾਏ ਸاجة ਤਾਂ ਵੇਖੋ ਸ਼ਿਮਲਾ ਮਿਰਚਾਂ ਨਾ ਸਬਜ਼ ਰੰਗ ਦੀਆਂ ਕੋਈ ਨਹੀਂ ਸਨ ਮੈਂ ਕਿ ਚਲੋ ਅੱਜ 오ਰੇਂਜ ਦੇ ਨਾਲ ਹੀ ਰੈੱਡ ਤੇ 오ਰੇਂਜ ਨਜ਼ਰ ਆਪਣੀ ਕੋਈ ਨਹੀਂ ਆਣੀਆਂ ਹੈ ਪਲੇਟ ਦੀ ਟੀ ਪਲੇਟ ਹੀ ਨਜ਼ਰ ਵੀ ਆਉਂਦੀਆਂ ਨੇ ਉਹ ਫਿਰ ਮੈਂ ਜੋ ਕੁਛ ਐ ਸੀ ਮੈਂ ਨਹੀਂ ਕਰਦੀ ਐ ਕਿ ਇਹ ਨਹੀਂ ਆ ਤਾਂ ਇਹ ਡਾਲ ਦਿੱਤੇ ਐ ਲੈ ਕੇ ਆएंगे ਤਾਂ ਡਾਲ ਲੇਗੇ ਲੈ ਕੇ ਆएंगे ਤਾਂ ਇਹ ਰੈਸਿਪੀ ਜੋ ਹੈ ਨਾ ਘਰ ਹੀ ਚੂ ਕਰ ਲੈਣਾ ਚਾਹੀਦਾ ਨਾ انسان ਨੂੰ ਥੋੜੇ ਨਾਲ ਥੋੜਾ ਬੂਤੇ ਨਾਲ ਬੋਤਾ ਨਾ ਕਰ ਲੈਣਾ ਚਾਹੀਦਾ ਕੰਪਰੋਮਾਈਜ਼ ਨਾ ਤੇ ਚੀਜ਼ ਜਿਹੜੀ ਐ ਮੈਂ ਬਿਲਕੁਲ ਥੋੜੀ ਥੋੜੀ ਪਾਨੀ ਆ ਸਾਡੇ ਘਰ ਇੰਨੀ ਚੀਜ਼ ਨਹੀਂ ਖਾਂਦੇ ਤੇ ਜ਼ਤੂਨ ਜਿੰਨੇ ਹੋ ਉਹਨਾਂ ਨੇ ਥੋੜੇ ਹੁੰਦੇ ਨੇ ਛੋਟੀਆਂ ਮੇਰੀਆਂ ਬੇਟੀਆਂ ਤੇ ਕਹਿਣੀਆਂ ਸਟਫ ਸਾਸ ਜ਼ਤੂਨ ਤੇ ਜਿਹੜਾ ਨਾ ਚੀਜ਼ ਪਾ ਦਵੋ ਨਾ ਤੇ ਇਹ ਵੇਖੋ ਇਫਤਾਰੀ ਦਾ ਨਾਲ ਨਾਲ ਟਾਈਮ ਹੋ ਜਾਂਦਾ ਪਿਆ ਸਮੋਸੇ ਵੀ ਬਣ ਗਏ ਜੇ ਹੋਰ ਕੀ ਮੈਂ ਗੱਲਾਂ ਕਰਨੀਆਂ ਅਸ ਨਹੀਂ ਨੀਆਂ ਗੱਲਾਂ ਯਾਦ ਆਉਂਦੀਆਂ ਨੇ ਆਪਣੀ ਯੂਟੀ ਫੈਮਿਲੀ ਨਾਲ ਸ਼ੇਅਰ ਕਰਾਂਗੀ ਤੇ ਜਦੋਂ ਮੈਂ ਵਾਇਸਓਵਰ ਕਰਨ ਬੈਣੀ ਆ ਨਾ ਤੇ ਉਹ ਸਾਰੀਆਂ ਮਨ ਪੁੱਲ ਜਾਂਦੀਆਂ ਨੇ ਬਸ ਇਹ ਰਮਜ਼ਾਨ ਦੀ ਵਜ੍ਹਾ ਤੋਂ ਨਾ ਮੈਂ ਥੋੜਾ ਬਿਜ਼ੀ ਆ ਤੇ ਜਿਹੜਾ ਨਾ ਮੇਰੀ ਵੀਡੀਓ ਵੀ ਲੇਟ ਆ ਰਹੀ ਏ ਤੇ ਜਿਹੜਾ ਨਾ ਇਸ ਵਜ੍ਹਾ ਤੋਂ ਤੁਹਾਨੂੰ ਪਤਾ ਮਾਸ਼ਾਅੱਲਾ ਰਮਜ਼ਾਨ ਵਿੱਚ ਔਰ ਵੀ ਬੜਾ ਹੁੰਦਾ ਹੈ ਇਬਾਦਤ ਵਗੈਰਾ ਕਰਨੀ ਹੁੰਦੀ ਹੈ ਨਫਲ ਕੋਈ ਕੁਰਾਨੇ ਪਾਕ ਹਰ ਚੀਜ਼ ਮਾਸ਼ਾਅੱਲਾ ਕਰਨਾ ਹੁੰਦਾ ਹੈ ਟਾਈਮ ਦੇ ਹਿਸਾਬ ਨਾਲ ਤੇ ਜਾਂਦੇ ਜਾਂਦੀਆਂ ਜਿਹੜਾ ਜੇ ਨਾ ਇਫਤਾਰੀ ਦਾ ਟਾਈਮ ਬਿਲਕੁਲ ਹੋਣ ਵਾਲਾ ਸੀ ਫਿਰ ਵੀ ਮੇਰੇ ਦੇਲੀ ਚ ਆਇਆ ਮੈਂ ਕਿਹਾ ਅੱਜ ਤੇ ਬੈਂਗਲ ਵੀ ਨਹੀਂ ਬਣੇ ਤੇ ਇਹ ਵੇਖੋ ਮਾਸ਼ਾਅੱਲਾ ਸਾਡੀ ਇਫਤਾਰੀ ਬਿਲਕੁਲ ਤਿਆਰ ਹੈ ਤੇ ਅੱਲਾਹ ਪਾਕ ਤੁਹਾਡੇ ਸਭ ਦੇ ਘਰਾਂ 'ਚ ਵੀ ਬਰਕਤ ਦੇ ਤੁਹਾਡੇ ਜੀਆਂ 'ਚ ਵੀ ਬਰਕਤ ਦੇ ਖਾਣੇ 'ਚ ਵੀ ਬਰਕਤ ਦੇ ਤੇ ਅੱਲਾਹ ਪਾਕ ਤੁਹਾਨੂੰ ਸਭ ਨੂੰ ਆਪਣੇ ਆਪਣੇ ਘਰਾਂ ਵਿੱਚ ਖੁਸ਼ਹਾਲ ਰੱਖੇ ਤੇ ਆਪਣੀਆਂ ਹਸ ਦੁਆਵਾਂ ਵਿੱਚ ਮੇਦੀਆਂ ਸਾਰੀਆਂ ਪੈਣਾ ਤੇ ਮੇਰੇ ਸਾਰੇ ਭਰਾਵ ਨੂੰ ਯਾਦ ਰੱਖਿਆ ਕਰੋ। ਤੋਂ ਚਲੋ ਜੀ ਇਹ ਦੇਖੇ ਅੱਜ ਹੀ ਹਮ ਸਭ ਮਿਲ ਕੇ ਇਫਤਾਰੀ ਕਰਤੇ ਆ। ਆ ਜਾ ਆਜੇ ਬਾਜੀ ਕੇ ਗਾਰ ਇਹ ਦੇਖੇ। ਇਹ ਮੇਰੀ ਬੇਟੀ ਨੇ ਨਾ ਗਲਤ ਤਰੀਕੇ ਸੇ ਡਾਲੇ ਥੇ ਇਸਮੇ ਗੋਲ ਗੱਪੇ। ਮੈਂ ਨੇ ਕਹਾ ਸਹੀ ਨਹੀਂ ਤੂੰ ਡਾਲ ਰਹੀ ਲਾਓ ਮੇਜ ਦੋ ਕਿਉਂਕਿ ਪਹਿਲੇ ਅਗਰ ਪਾਣੀ ਡਾਲ ਦੋਗੀ ਉਹ ਤੋਂ ਸਾਰੇ ਨਰਮ ਹੋ ਜਾਏਗੇ। ਤੋਂ ਉੱਪਰ ਸੇ ਥੋੜੇ ਥੋੜੇ ਦਾਲ ਡਾਲਾ ਦਈ। ਉਰੇ ਤੇਰੇ ਤਿੰਨ ਗੋਲ ਕਪ ਦੇ ਦਿੱਤੇ ਤੁਹਾਡੇ ਭਾਈ ਜੰ ਨੂੰ ਉਪਰ ਅੱਜ ਬੈਠੇ ਸੰਕੈਂਸਾ ਨਾਲ ਅੱਜ ਉੱਪਰ ਬੈਣਾ ਹੈ ਤਾਂ ਚਲੋ ਜੀ ਫਿਰ ਇਨਸ਼ਾਅੱਲਾ ਮਿਲਾਂਗੇ ਅੱਲਾ ਫੀਜ਼